ਸਤਿਸੰਗ ਜੀਓ ਸਭ ਤੋਂ ਪਹਿਲਾਂ ਅਰਦਾਸ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਇਸ ਤਾਰੀਖ ਨੂੰ ਨਹੀਂ ਜਾਣਦੇ ਉਹ ਵੀ ਇਹ ਕੋਸ਼ਿਸ਼ ਕਰਨਗੇ ਭਾਈ ਕਿ ਚਾਰ ਸਾਹਿਬਜ਼ਾਦਿਆਂ ਦੇ ਕੀ ਕਾਰਨਾਮੇ ਸਨ ਕੀ ਕੀਤਾ ਹੈ ਤੇ ਸਪੋਰਟਸ ਦਾ ਇਸ ਚੀਜ਼ ਨਾਲ ਕੀ ਤਾਲੁਕ ਹੈ ਤੁਸੀਂ ਸਾਰੇ ਦੇਖਦੇ ਹੋ ਕਿ ਸਿੱਖ ਧਰਮ ਦੇ ਵਿੱਚ ਇੱਕ ਮਾਰਟ ਜੋ ਆਰਟ ਮਾਰਸ਼ਲ ਹੈ ਜਿਸ ਨੂੰ ਅਸੀਂ ਕਹਿੰਦੇ ਜਿਹਨੂੰ ਗੱਤਕਾ ਕਹਿੰਦੇ ਹਾਂ ਜੋ ਗੱਤਕਾ ਖੜਾਇਆ ਚਾਹੀਦੀ ਹੈ ਤੇ ਚਾਰੋਂ ਸਾਹਿਬਜ਼ਾਦੇ ਜੋ ਹਨ ਉਹਦੇ ਵਿੱਚ ਬਹੁਤ ਮਾਹਿਰੀਨ ਸਨ ਭਾਵੇਂ ਉਮਰ ਛੋਟੀ ਸੀ ਅਤੇ ਜੋ ਵੱਡੇ ਸਾਹਿਬਜ਼ਾਦੇ ਜਿਨ੍ਹਾਂ ਨੇ ਉਸ ਸਰੰਦ ਦੀ ਅੱਜ ਕਾ ਐਗਜੀਬਿਸ਼ਨ ਮੈਚ ਹੈ ਇਹ ਹਮ ਉਨ ਸ਼ਹੀਦੋਂ ਕੋ ਯਾਦ ਕਰ ਰਹੇ ਹੈ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕਰਕੇ ਹਮੇ ਮਾਰਗ ਦਰਸ਼ਨ ਕੀਆ ਹੈ ਇੱਕ ਅੱਛੀ ਰਾਹ ਪੇ ਚੱਲਣੇ ਕਾ ਸਬਕ ਦੀਆ ਹੈ ਇਹ ਤਭੀ ਪੂਰਾ ਹੋ ਸਕੇਗਾ ਜਬ ਹਮਾਰੀ ਸੋਚ ਅੱਛੀ ਹੋਗੀ ਮੈਂ ਪੂਰੀ ਸੋਸਾਇਟੀ ਕੀ ਬਾਤ ਕਰ ਰਹਾ ਹੂੰ ਪੁਲਿਸ ਐਜ਼ ਅ ਲਾ ਇਨਫੋਰਸਮੈਂਟ ਏਜੰਸੀ ਉਸਕਾ ਤੋ ਇੱਕ ਆਪਣਾ ਕੰਮ ਰਹਿਤਾ ਹੈ ਲੇਕਿਨ ਐਜ਼ ਅ ਸੋਸਾਇਟੀ ਹਮ ਲੋਕ ਕਹੀਂ ਨਾ ਕਹੀਂ ਇਸਮੇ ਫੇਲ ਹੋ ਰਹੇ ਹੈ ਵੋ ਛੋਟੇ ਛੋਟੇ ਬੱਚੇ ਥੇ ਸ਼ਾਇਦ ਉਮਰ 14 ਸੇ 16 ਸਾਲ ਕੇ ਬੀਚ ਮੇ ਹੋਗੀ ਔਰ ਉਸ ਤਰ੍ਹਾਂ ਕੇ ਨਾ ਜਾਣੇ ਕਿਤਨੇ ਔਰ ਬੱਚੇ ਆਜ ਹਮ ਯਹਾਂ ਪਰ ਗੁਰੂ ਗੋਬਿੰਦ ਸਿੰਘ ਜੀ ਕੇ ਜੋ ਚਾਰ ਸਾਹਿਬਜ਼ਾਦੇ ਥੇ ਉਨਕਾ ਦਿਨ ਮਨਾਨੇ ਕੇ ਲਈ ਇਕੱਠੇ ਹੋਏ ਹੈ ਔਰ ਆਜ ਹਮੇ ਇਸ ਦਿਨ ਪਰ ਇਹ ਯਾਦ ਕਰਨੇ ਕੀ ਜ਼ਰੂਰਤ ਹੈ ਇਸ ਬਾਤ ਕੋ ਕਿ ਉਨਕੀ ਸ਼ਹਾਦਤ ਕਾ ਕਿਆ ਮਤਲਬ ਥਾ ਹਮਾਰਾ ਹਿੰਦੁਸਤਾਨ ਇੱਕ ਮਲਟੀ ਕਲਚਰਲ ਇੱਕ ਮਲਟੀ ਰਿਲੀਜੀਅਸ ਹਮਾਰੀ ਸੋਸਾਇਟੀ ਹੈ ਔਰ ਰਿਲੀਜੀਅਸ ਟੋਲਰੈਂਸ ਹਮਾਰੇ ਕੰਟਰੀ ਕਾ ਇੱਕ ਜੋ ਹੈ ਵੋ ਬੈਕਬੋਨ ਹੈ ਔਰ ਹਮੇ ਹਮੇਸ਼ਾ ਉਸ ਚੀਜ਼ ਕੋ ਧਿਆਨ ਰੱਖਣਾ ਚਾਹੀਏ ਰਿਲੀਜੀਅਸ ਐਕਸਟ੍ਰੀਮਿਜ਼ਮ ਨਾ ਉਸ ਟਾਈਮ ਪੇ ਬਿਹਤਰ ਅੱਛਾ ਥਾ ਉਸ ਸਮੇਂ ਵੀ ਉਸਨੇ ਦੇਸ਼ ਕੋ ਤੋੜਨੇ ਕਾ ਦੇਸ਼ ਕੋ ਨੁਕਸਾਨ ਪਹੁੰਚਾਨੇ ਕਾ ਹੀ ਕਾਮ ਕੀਆ ਔਰ ਆਜ ਕੀ ਟਾਈਮ ਮੇ ਵੀ ਇਹ ਚੀਜ਼ ਉਤਨੀ ਹੀ ਰੈਲੀਵੈਂਟ ਹੈ ਔਰ ਹਮਾਰੇ ਅਗਰ ਹਮ ਜੋ ਹੈ ਸਟੇਜ ਤੇ ਆ ਜਾ ਉਹਨਾਂ ਤੋਂ ਬਾਅਦ ਜੋ ਰੈਫਰੀਜ਼ ਨੇ ਰਮਨ ਜੋ ਸੀ ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਸਨ ਉਹਨਾਂ ਦੀ ਯਾਦ ਦੇ ਵਿੱਚ ਅੱਜ ਬੋਆਏ ਹਾਈ ਸਕੂਲ ਸੈਂਟਰੀ ਸਕੂਲ ਪੁੰਛ ਵਿਖੇ ਇੱਕ ਐਗਜੀਬਿਸ਼ਨ ਮੈਚ ਕਰਵਾਇਆ ਜਾ ਰਿਹਾ ਜਿਸ ਵਿੱਚ ਆਪਣੇ ਪੁੰਛ 11 ਅਤੇ ਬੋਆਏ ਹਾਈ ਸੈਂਟਰੀ ਸਕੂਲ ਦੀ ਟੀਮ ਹਾਕੀ ਖੇਡ ਰਹੀ ਹੈ ਜਿਸ ਵਿੱਚ ਚੀਫ ਗੈਸਟ SSP ਰਮੇਸ਼ ਅਗਰਵਾਲ DDC ਪੁੰਛ ਰਾਹੁਲ ਜਾਧਵ ਜੀ ਚੇਅਰਮੈਨ ਆਫ ਦਾ ਮਿਊਨਸਪੈਲਿਟੀ ਪੁੰਛ ਸ਼੍ਰੀ ਸ਼ਰਮਾ ਜੀ ਅਤੇ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਹਰਚਰਨ ਸਿੰਘ ਖਾਲਸਾ ਅਤੇ ਜੋ ਪੁੰਛ ਦੇ ਹੋਰ ਸੀਨੀਅਰ ਸਿਟੀਜ਼ਨ ਉਹ ਸਾਰੇ ਇਸ ਮੈਚ ਨੂੰ ਦੇਖਣ ਆਏ ਹਨ ਅਤੇ ਇਹ ਜੋ ਮੈਚ ਹੈ ਇਹ ਉਹ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਹੈ ਗੁਰੂ ਗੋਬਿੰਦ ਸਿੰਘ ਜੋ ਦੋ ਉਹਨਾਂ ਦੇ ਬੱਚਿਆਂ ਨੇ ਚਾਰ ਬੱਚਿਆਂ ਨੇ ਸਰਹੰਦ ਦੇ ਵਿੱਚ ਸ਼ਹੀਦੀ ਦਿੱਤੀ ਸੀ ਅੱਜ ਅਸੀਂ ਇਸ ਮੈਚ ਨੂੰ ਕਰਵਾਉਣ ਹੋ ਰਿਹਾ ਹੈ ਜੋ ਹਾਈ ਸੈਕੰਡਰੀ ਸਕੂਲ ਵਿਖੇ ਜਿਸ ਵਿੱਚ ਆਉਣ ਵਾਲੀ ਜੋ ਨਸਲ ਹੈ ਉਹ ਡਰੱਗਸ ਦੇ ਵੀ ਨਸ਼ੇ ਵੀ ਜਾ ਰਹੀ ਹੈ ਇਹ ਸਪੋਰਟਸ ਨਾਲ ਜੁੜੇਗੀ ਅਤੇ ਸਾਡਾ ਆਉਣ ਵਾਲਾ ਜੋ ਭਵਿੱਖ ਹੈ ਜੋ ਉਹ ਅੱਛਾ ਰਹੇਗਾ ਨੌਜਵਾਨਾਂ ਦਾ ਪੁੰਛ ਬੋਆਇਜ਼ ਹਾਈ ਸੈਕੰਡਰੀ ਸਕੂਲ ਗਰਾਊਂਡ ਕੇ ਅੰਦਰ ਹਾਕੀ ਕਾ ਮੈਚ ਕਰਵਾਇਆ ਜਾ ਰਿਹਾ ਹੈ ਇਹ ਚਾਰ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਕੇ ਜੋ ਉਸ ਵਕਤ ਚਮਕੌਰ ਔਰ ਸਰਹੰਦ ਮੇਂ ਸ਼ਹੀਦ ਹੋਏ ਥੇ ਔਰ ਉਨਕੇ ਮਾਤਾ ਜੀ ਔਰ ਸਾਥ ਮੇਂ ਜੋ ਅਕੀਦਤਮੰਦ ਸਿੱਖ ਥੇ ਉਨਕੀ ਯਾਦ ਮੇਂ ਕਰਵਾਇਆ ਜਾ ਰਿਹਾ ਹੈ
क्योंकि ये पूरा हफ्ता जो है इसमें डिफरेंट प्रोग्राम्स जो हैं वो चल रहे हैं गुरुद्वारा साहिब के अंदर, और इसका एक जो कड़ी थी उसमें खालसा चेतना मारी था, और उसके बाद ये जो है आज क्योंकि उनका शहीदी पुरब है छोटे साहिबजादों का, तो उनकी याद में ये जो है एग्जीबिशन मैच जो है पुंछ 11 और जो दूसरी टीम है उसके बीच में करवाया जा रहा है, पुंछ 11 और बॉयज हायर सेकेंडरी स्कूल पुंछ की टीम के बीच में।